بس ما کیا بات کیا دادا توڑ گئی السلام علیکم جی ویلکم ٹو ابا جی یوٹیوب چینل تہاڈے ویرے دا چینل بھرا دا چینل تے پاجی اج دا سین ہے وے اج سانو حاجی صاحب نے دتی ہے سموسا پارٹی اج سنڈے ہے تے اج ہی آکھیا چلو باہر نکلیے تے سب کہندے اج تانوں پارٹی دینے ہیں ਤੇ ਹੁਣ ਆਪਾਂ ਸਮੋਸੇ ਖਾਣ ਜਾ ਰਹੇ ਆ ਵੇਖੋ ਕਿਹਦਾ ਟੇਸਟ ਹੁੰਦਾ ਨਹੀਂ ਨਹੀਂ ਆ ਲੋ ਜੀ ਸਮੋਸਾ ਪਾਰਟੀ ਇਨ ਸਮ ਕਿਹਦਾ ਟੇਸਟ ਲੱਗਾ ਇਹਨਾਂ ਦਾ ਟੇਸਟ ਸਹੀ ਹੈ ਯਾਂ ਪੈ ਜਾਂਦੀ ਕਿਹਦਾ ਟੇਸਟ ਮੈਂ ਠੀਕ ਹਾਂ ਬਸ ਠੀਕ ਹਾਂ ਯਾਰ ਇਹਦੇ ਮਜ਼ੇ ਦੇ ਸਮੋਸੇ ਹੀ ਦੇ ਕੇ ਤੇ ਠੀਕ ਬਾਤ ਸਹੀ ਹੈ ਹੁਣ ਕਿੱਥੇ ਜਾਣਾ ਨਾ ਚਲੇ ਘਰ ਕਿਆ ਘਰ ਇਹਨਾਂ ਰਾਦਾ ਕਿਤੇ ਕਰੋ ਹੱਦਾਂ ਰੋਟੀ ਨਹੀਂ ਖਾਣੀ ਸਾਰਾ ਨਾਮ ਮੈਂ ਦੀਵੇ ਬਾਲ ਕੈਸਾ ਲਗਾ ਮੇਰਾ ਮਜ਼ਾਕ ਆਪਾਂ ਮਾਂ ਆਲੂ ਚਨੇ ਖਾਣੇ ਜਾ ਰਹੇ ਹਾਂ ਸਾਡੇ ਨਾਮ ਸੇ ਆਪ ਸਸਤੇ ਮੇ ਚੀਜ਼ਾਂ ਹਮੇ ਕਹਿ ਰਹੇ ਕਿ ਭਿੰਡੇੜੀਆਂ ਖਾ ਲੈ ਪਰ ਹਮਨੇ ਨਹੀਂ ਭਿੰਡੇੜੀਆਂ ਨਹੀਂ ਖਾਣੇ ਹਮਨੇ ਆਲੂ ਚਨੇ ਹੀ ਖਾਣੇ ਹੈ ਸਾਡਾ ਨਾਮ ਹੁਣ ਕੀ ਖਵਾਣਾ ਹੈਲੋ ਸਾਡੇ ਨਾਮ ਕੋ ਕਹਿ ਦਿਆ ਪਰ ਸਾਡੇ ਨਾਮ ਨੂੰ ਖਿਲਾਣਾ ਪੜੇਗਾ ਬਾਕੀ ਸਾਨੂੰ ਅਬਦੁੱਲਾ ਨੇ ਖਿਲਾਣੇ ਸਾਡਾ ਨਾਮ ਹੁਣ ਸਾਨੂੰ ਗ੍ਰੇਮ ਖਿਲਾਣ ਦੇ ਚੱਕਰਾਂ ਚ ਸਰ ਅਬਦੁੱਲਾ ਜੀ ਆ ਜਾਏ ਆ ਜਾਏ ਲੱਗ ਦੇਗਾ ਚਲੋ ਦੁਕਾਨ ਤੇ ਛੱਲਾ ਛੱਡਾ ਏ ਉਹ ਥੱਲੇ ਦੇ ਵਿਆਹ ਵੀ ਨਹੀਂ ਹੋਇਆ ਤੇ ਤੀਰਾਂ ਭੁੱਲਣ ਲੱਗ ਪਏ ਐ ਸਾਹਿਬ ਭਾਈ ਕੀ ਸੀ ਖਵਾਣਗੇ ਚਲੋ ਜੀ ਸਾਰੇ ਨਾਮ ਵੀ ਸਾਨੂੰ ਦਹੀਂ ਭੱਲੇ ਖਵਾਣਗੇ ਜੀ ਅੱਜ ਸਾਡੀ ਈਦ ਹੋ ਗਈ ਫਸਾ ਹੀ ਲਿਆ ਸਾਰੇ ਦਾ ਕੰਟਰੋਲ ਉਹਦਾ ਸਾਰੇ ਨਾਮ ਕਿਹੋ ਲੱਗ ਰਿਹਾ ਤੁਹਾਨੂੰ ਅੱਜ ਪੱਲਿਓ ਦਹੀਂ ਭੱਲੇ ਖਵਾ ਕੇ ਬੜਾ ਅਨਐਕਸਪੈਕਟਿਡ ਅੱਜ ਸਾਹਿਬ ਨੇ ਇੰਨਾ ਤੀਆਂ ਦਾ ਤੀਆਂ ਦਾ ਇੱਕ ਸਮੋਸਾ ਖਵਾ ਕੇ 200 ਦੀ ਬੁਟੀਕ ਪਾਤੀ ਸਾਰੇ ਦਾ ਚੀਟਿੰਗ ਕਰਤਾ ਹੈ ਤੂੰ ਬੜੇ ਰੁੱਖੇ ਲੱਗਣ ਦੇ ਨੇ ਇਹ ਚ ਹਰੀ ਆ ਭਾਈ ਇਹਦੇ ਚ ਹਰੀ ਚਟਨੀ ਪਾਓ ਹਰੀ ਚਟਨੀ ਹਿਲਾ ਕੇ ਵੇਖੀਏ ਓ ਮਾਈ ਗੋਡ ਲੱਡੂ ਵੀ ਸਰ ਨਾਮ ਖਾਓਗੇ ਮੈਂ ਖਾਣਾ ਘਰ ਦਾ ਘਰ ਦੀ ਬਣਾਏ ਵਾਹ ਜੀ ਵਾਹ ਕਿਆ ਬਾਤ ਹੈ ਤੇ ਈਦ ਹੋ ਮੈਂ ਤੇ ਤੁਸੀਂ ਤੇ ਨਾ ਮੈਂ ਤੇ ਵਿਲਾ ਨਾ ਕੋਈ ਕੰਮ ਨਾ ਕਾਰ ਬੜਾ ਬੜਾ ਆਇਆ ਆਓ ਗੱਲਾ ਜਿੰਨੇ ਪੈਸੇ ਚਾਹੀਦੇ ਹੋਣ ਲਾਇਓ ਤੇ ਕਿੰਨੇ ਬੜਾ ਜਾ ਪਾਇਆ ਪਾਕਿਸਤਾਨ A few moments later ਸਾਰੇ ਨਾਮ ਨੇ ਚੈਲੰਜ ਦਿੱਤਾ ਤੁਹਾਨੂੰ ਗੇਮ ਹਰਾਣੀ ਹੈ ਰਾਤ ਤੁਸੀਂ ਮੈਨੂੰ ਹਰਾਈ ਜਾਂ ਮੈਂ ਹੁਣ ਤੁਹਾਨੂੰ ਮੈਂ ਹਰਾਣੀ ਕਿੰਨੇ ਹਰਾ ਦੀ ਸਾਰੇ ਨਾਮ ਨੇ ਮੈਨੂੰ ਗੇਮਾਂ ਹਰਾਣੀਆਂ ਨੇ ਬਿਲੇਡ ਦੀਆਂ ਅੱਲਾ ਕਰੇ ਚੱਲੇ ਆ ਵੇਖੋ ਕੀ ਪਾਉਂਦਾ ਵੇ ਨਾਮ ਤੁਸੀਂ ਕੁਝ ਕਹਿਣਾ ਚਾਹ ਰਹੇ ਹੋ ਉਹਨਾਂ ਵੇਲ ਨਾਲ ਚੈਲੰਜ ਦੇ ਦਿੱਤਾ ਤੁਹਾਨੂੰ ਮੈਂ ਤਾਂ ਵੀ ਬੋਲੂੰਗਾ ਜਾਂ ਮੈਂ ਇਹਨਾਂ ਨੂੰ ਹਰਾ ਦੂੰਗਾ ਓ ਮਾਈ ਗੋਡ ਦਿਸ ਇਜ਼ ਅ ਕੰਫੀਡੈਂਟ ਐ ਕੰਫੀਡੈਂਟ ਹੋਣਾ ਚਾਹੀਦਾ ਲੋ ਜੀ ਦੋਸਤੋ ਸਾਰੇ ਨਾਮ ਦੇ ਵਿੱਚ ਤੇ ਸਾਰੇ ਹਾਜੀ ਸਾਹਿਬ ਦੇ ਵਿੱਚ ਸਰੋਵਰ ਮੈਚ ਹੋਣ ਲੱਗਾ ਵੇਖੋ ਅੱਜ ਤਾਰੀਖ ਦਾ ਬਹੁਤ ਵੱਡਾ ਮੈਚ ਹੈ ਕੌਣ ਜਿੱਤਦਾ ਪਲੇਅਰ ਦੋਵੇਂ ਹੀ ਕਿਸੇ ਕੰਮ ਦੇ ਪੂਰੀ ਦੁਆ ਤੇ ਜਾ ਚ ਇਹ ਤੇ ਡੰਡੇ ਡੰਡਾ ਉੱਤੋਂ ਲੰਘ ਜਾਂਦਾ ਗੇਂਦ ਥੱਲੇ ਹੁੰਦੀ ਇਹ ਹਾਲ ਜੇ ਲੇਕਿਨ ਵੇਖੋ ਅੱਜ ਕੀ ਕਰ ਰੈਡੀ ਹੋ ਵਾਹ ਜੀ ਵਾਹ
ਭਾਜੀ ਸਾਹਿਬ ਦੇ ਖਿਆਲ ਕਰੋ ਸਿਰਫ ਇੱਕ ਸਾਰੇ ਨਾਮ ਨੇ ਡੱਟ ਪਾਈ ਉਸ ਉਹਦੀ ਸਿਰਫ ਖੇਤ ਗਈ ਜੇ ਉਹਦੀ ਉਹਦੀ ਕਥਾ ਇਹ ਜਾਣੀ ਚਾਹੀਦੀ ਹੈ ਕਿਆ ਬਾਤ ਹੈ ਕਿਆ ਬਾਤ ਹੈ ਗੁੱਡ ਸ਼ਾਟ ਬਲੈਕ 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 ਓ ਮਾਈ ਗੋਡ ਆ ਦੇ ਗੇਮ ਕਿੰਨੇ ਨੰਬਰ ਹੋ ਗਏ ਬੜੀ ਗੱਲ ਬੜੀ ਗੱਲ ਇਹ ਜਾਣੀ ਚਾਹੀਦੀ ਇਹ ਜਾਣੀ ਚਾਹੀਦੀ ਇਹ ਵੀ ਨਾ ਗਈ ਤਾਂ ਫਿਰ ਕੋਈ ਫਾਇਦਾ ਨਹੀਂ ਹਾਜੀ ਸਾਹਿਬ ਇਹ ਜਾਏ ਆ ਬਸ 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 ਵਾਹ ਲਾਸਟ ਰੈਡ ਗੇਂਦ ਵਾਓ ਮਾਈ ਗਾਡ ਮਾਈ ਗਾਡ ਹਾਜੀ ਸਾਹਿਬ ਕਿਤੇ ਬਹੁਤੇ ਨੰਬਰ ਸਾਰੇ ਨਾਮ 9 ਨੰਬਰ ਤੋਂ ਬਹੁਤ ਅੱਗੇ ਨੇ 9 ਜੀ ਨਾ ਬਸ ਸਾਰੇ ਨਾਮ 9 ਨੰਬਰ 9 ਨੰਬਰ ਸਾਰੇ ਨਾਮ ਦੇ ਅੱਗੇ ਨੇ ਅੱਜ ਸਭ ਤੁਹਾਡੇ ਕੀ ਨਾਮ ਉਹਦੇ ਜੇ 9 ਅੱਛਾ ਇੱਕ ਤਾਂ ਹੀ ਹੁੰਦੇ ਓ ਭਾਈ ਮਾਰੋ ਮੁਝੇ ਮਾਰੋ ਮਾਰੋ ਮੁਝੇ ਮਾਰੋ ਆਹ ਕੀ ਬਾਤ ਕੀ ਬਹੁਤ ਹੀ ਵੱਡਾ ਚੈਲੰਜ ਹਾਜੀ ਸਾਹਿਬ ਨੂੰ ਵੇਖੋ ਫੋਲ ਦੇ ਦੇ ਫੋਲ ਹੀ 4 ਨੰਬਰ 6 ਦਾ ਫੋਲ 6 ਦਾ ਫੋਲ ਦਾਦਾ ਤੁਰ ਗਈ ਡਬਲ ਬਲੈਕ ਹੈ ਸਾਰੇ ਡਬਲ ਬਲੈਕ ਰੱਖੀ ਹੈ ਲੜਿਓ ਨਾ ਲੜਿਓ ਡਬਲ ਬਲੈਕ ਹੈ ਯਾਰ ਡਬਲ ਬਲੈਕ ਇਹ ਬਸ ਪਾ ਦੇ ਅੱਲਾ ਦੇ ਬੰਦਿਆਂ ਪੇ ਡਬਲ ਗਈ 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 ਓ ਗਈ ਬਲੈਕ ਦੀ ਵੀਡੀਓ ਨਹੀਂ ਬਣਾਈ ਬਲੈਕ ਦੀ ਵੀਡੀਓ ਨਹੀਂ ਬਣਾਈ ਯਾਰ ਮੈਂ ਕੌਣ ਜਿੱਤ ਰਿਹਾ ਹਾਈ ਸਾਹਿਬ ਕੋਈ ਕਰ ਲਓ ਅੱਲਾ ਨਾਮ ਦੇ ਵਿੱਚ ਤੇ ਹਾਜੀ ਸਾਹਿਬ ਦੇ ਵਿੱਚ ਦੂਸਰਾ ਮੈਚ ਸ਼ੁਰੂ ਹੋਇਆ 4 ਨੰਬਰ ਸਾਰੇ ਨਾਮ ਦੇ ਹੋ ਗਏ ਤੇ ਵੇਖੋ ਅੱਗੇ ਪੰਜ ਹੋ ਗਏ ਕਿਆ ਬੋਲਾ ਤੁਸੀਂ ਪੰਜ ਨੰਬਰ ਰਹਿ ਗਏ ਨੇ ਸਾਰੇ ਨਾਮ ਦੇ ਅੱਗੇ 7 ਹੈ ਅੱਗੇ 7 ਹੈ 9 ਨੰਬਰ ਸੰਖਿਆ 9 ਨੰਬਰ ਸੈਂਪਲ ਚੇਂਜ ਦੀ ਗੇਮ ਸ਼ੁਰੂ ਹੋ ਜਾਂਦੀ ਮੇਰਾ ਵੀ ਮੈਚ ਖਰਾਬ ਹੋਇਆ ਨਹੀਂ ਹਾਂਜੀ ਸਾਹਿਬ ਮੇਰਾ ਮੈਚ ਵੀ ਲਵਾਓ ਤੁਹਾਡੀ ਮਿਹਰਬਾਨੀ ਮੈਨੂੰ ਇਹਨੂੰ ਖਿਲਾ ਦਿੰਦੇ ਮੈਨੂੰ ਇਹਨਾਂ ਚੰਗਾ ਬਲੋਕ ਬਣਾਉਂਦੇ ਭਾਜੀ ਦੇਖ ਲਓ ਭਾਈ ਅਮ ਲੜਕੇ ਨਾ ਹਮਾਰੇ ਸਾਥ ਐਸਾ ਹੀ ਹੋਤਾ ਓਏ
क्या बात ਇਹਨੂੰ ਅਸੀਂ ਪਹਿਲੇ ਚ ਪਾ ਕੇ ਨਾ ਅਸੀਂ ਪਹਿਲੇ ਚ ਪਾ ਕੇ ਸਾਰੇ ਜਿਤਾ ਦੇ ਨਹੀਂ ਬੜਾ ਹਰਾਮੀ ਹੋ ਬੇਟਾ ਕਿਆ ਬਾਤ ਬਚ ਗਏ ਇੱਕ ਨੰਬਰ ਸਾਹਿਬ ਗੁਲਾ ਇਹ ਜਾਣੀ ਚਾਹੀਦੀ ਕਿਆ ਬਾਤ ਅੱਜ ਸਾਹਿਬ ਇਹ ਬੜੀ ਕਮਾਲ ਦੀ ਸ਼ਾਟ ਹੋ ਸਕਦੀ ਹੈ ਤਾਰੀਖ 'ਚ ਲਿਖੀ ਜਾ ਸਕਦੀ ਪਰ ਤੁਸੀਂ ਦਿਖਾਉਣਾ ਹੀ ਨਹੀਂ ਚਾਹੁੰਦੇ ਇਹ ਦਿਖਾਉਣਾ ਚਾਹੁੰਦੇ ਭਾਈ ਸਾਹਿਬ ਹਾਰ ਕੇ ਕੈਸਾ ਮਹਿਸੂਸ ਹੋ ਰਿਹਾ ਅੱਛਾ ਤਿੰਨ ਤੁਹਾਡੇ ਨੇ ਨਹੀਂ ਯਾਰ ਫਿਰ ਜੇ ਸਕਦੇ ਇਹ ਨਾ ਪਏ ਬਸ ਬੜੇ ਨਾ ਪਾ ਕੇ ਛੱਡੇ ਦੁਨੀਆ ਦਾ ਪਹਿਲਾ ਯਾਰ ਕਾਲੀ ਪਾ ਕੇ ਵੀ ਹਾਰ ਜਾਂਦਾ ਇਹ ਪਕਾ ਕੇ ਵੀ ਹਾਰ ਭਾਈ ਸਾਹਿਬ ਸਾਨੂੰ ਹੁਣ ਖੇਲਣ ਨੂੰ ਦੇ ਦਿੰਦੇ ਮੈਨੂੰ ਖੇਲ ਫੁੱਲ ਗੁੱਸੇ ਚ ਹਾਂਜੀ ਦੋ ਗੇਮਾਂ ਹਾਰ ਕੇ ਹਾਜੀ ਸਾਹਿਬ ਨੇ ਬੜਾ ਬਾਹਰ ਚੈਲੇਂਜ ਦਿੱਤਾ ਸੀ ਦੇਖੋ ਕਿਹੜੀ ਲਾਲ ਜਾਂਦੀ ਕੋਈ ਵੀ ਨਹੀਂ ਗਈ ਉਹ ਤੁਰ ਗਈ ਭਾਈ ਆ ਸੀ ਤੁਹਾਨੂੰ ਇਹਨੂੰ ਪਹਿਲੇ ਮਾਰੋ ਫਿਰ ਇਹਨੂੰ ਵੱਜ ਕੇ ਇਹਨੂੰ ਵੱਜ ਫਿਰ ਮੈਂ ਮੰਨਾ ਪਲੇਅਰ ਤਾਂ ਮੈਂ ਨੀ ਮੰਨਦਾ ਪਲੇਅਰ ਪ੍ਰਿੰਸੀਪਲ ਮੈਨੂੰ ਮੈਚ ਹਰ ਐਡਾ ਵੀ ਨਾ ਸਾਊਂਡ ਹੋ ਇਹ ਪੀਸ ਨਾ ਗਿਆ ਤੇ ਹਾਜ ਸਾਹਿਬ ਅਕੈਡਮੀ ਵਾਲੀ ਗਿਆ ਬਸ ਇੱਧਰ ਕਿਆ ਬਾਤ ਗਜਬ ਬੇਇੱਜ਼ਤੀ ਹੈ ਕਿਆ ਬਾਤ ਹਾਂਜੀ ਬਿੱਲੂ ਭਾਜੀ ਬਿੱਲੂ ਸਭ ਮੈਂ ਕਹਿ ਰਿਹਾ ਬਿੱਲੂ ਸਹੀ ਚਲੇ ਜਾਏ ਗੁੱਸਾ ਬਹੁਤ ਹੈ ਅੱਜ ਨੂੰ ਚਲੇ ਜਾਏ ਨਹੀਂ ਜਾ ਇਹ ਤੁਰ ਗਿਆ ਗੁੱਸੇ ਲੱਗ ਗਿਆ ਦੋ ਨਾਮ ਦਾ ਜਿਹੜਾ ਫੋਲ ਦੇਣਾ ਇਹਦੇ ਵਿੱਚ ਫੋਲ ਹੈ ਇਹ ਫੋਲ ਉਹ ਤੇਰਾ ਭਲਾ ਸਾਡੀ ਇਹ ਤੁਰ ਗਈ ਤੇ ਗੱਲ ਬਣ ਜਾ ਦੇਖੋ ਆਪ ਹੀ ਨੀ ਜਾਣਾ ਹੁਣ ਬਹੁਤ ਹੀ ਔਖੀ ਸ਼ਾਟ ਹੈ ਪਰ ਹਾਜੀ ਸਾਹਿਬ ਕਮਾਲ ਕਰ ਦਿੰਦੇ ਬਹੁਤ ਗੁੱਸੇ ਚ ਹਾਜੀ ਤੀਸਰੀ ਕਿਆ ਬਾਤ ਯਾਰ ਇੱਕ ਮਿੰਟ ਜੀ ਹਾਜੀ ਸਾਹਿਬ ਦੇ ਕਿੰਨੇ ਨੰਬਰ ਹੋ ਗਏ ਰੁਕੋ ਜਰਾ ਸਬਰ ਕਰੋ ਭਾਈ ਸਾਹਿਬ ਤੇਰਾ ਨੰਬਰ ਦੇਖੋ ਹੁਣ ਕੀ ਹੁੰਦਾ ਆਖਰੀ ਦੋ ਕਿੰਨਾ ਨੇ ਉਹ ਹੀ ਨੀ ਪੈਣ ਵੇਖੋ ਕੀ ਕਰਨਾ ਇਹ ਬਲੈਕ ਦੇ ਸਰ ਨੇ ਭਾਜੀ ਨੇ ਪਾਈ ਤੇ ਜਿੱਤਣਾ ਨਹੀਂ ਤੇ ਹਾਰ ਜਾਣਗੇ ਹਾਂਜੀ ਮੈਨੂੰ ਡਰ ਲੱਗ ਗਿਆ ਹੋ ਗਈ
ਉਹ ਬਣ ਗਈ ਬਣ ਗਈ ਬਣ ਗਈ ਬਣ ਗਈ ਬੈਸਟ ਆਫ 3 ਪਾ ਇਹ ਜੇ ਜਣੀ ਦੇ ਪੈ ਗਈ ਮੈਂ ਤਾਂ ਜਿੱਤ ਗਿਆ ਇਹ ਵੀ ਹਰ ਜਾਣਾ ਬਲੈਕ ਪਾ ਕੇ ਨਹੀਂ ਇਹ ਜਾਣਾ ਇਹ ਕੀ ਮੈਂ ਲੜਾ ਬਾਕੀ ਲੜਾ ਹਾਂ ਜੀ ਰਾਮ ਨਾ ਬਸ ਪੁੱਲੀ ਦੀ ਸ਼ਾਟ ਕੀ ਬਾਤ ਹੋ ਗਈ ਯੈਸ ਹਾਂਜੀ ਨਾ ارے کہنا کیا چاہتے ہو دو میچ حاجی صاحب جیت گئے دو حاجی سے دو سارے بیسٹ آف 5 نہیں ہو رہے بات صحیح ਸਾਡੀ ਖੇਡ ਦਾ ਇਹ ਸੀ ਭਾਈ ਜੀ ਇੱਦਾਂ ਬਤਾਓ ਤੁਹਾਨੂੰ ਬਹੁਤ ਮਜ਼ਾ ਲੱਗਾ ਹੈਗਾ ਇਹਨੂੰ ਲਾਈਕ ਕਰੋ ਸ਼ੇਅਰ ਕਰੋ ਉਹ ਭਾਈ ਜੀ ਨੂੰ ਸਬਸਕ੍ਰਾਈਬ ਕਰੋ ਓਕੇ ਨੇ ਇਨਸ਼ਾਅੱਲਾ ਬਹੁਤ ਜਲਦੀ ਇੱਕ ਟਾਈਮ ਲੌਕਡਾਊਨ ਮਿਲਾਂਗੇ ਉਦੋਂ ਤੱਕ ਭਾਜੀ ਨਾ